ਲੰਮੇ ਦਸਤੇ ਵਾਲੇ ਰੀਚਰ ਦੀ ਵਰਤੋਂ ਕਰਕੇ ਕੱਪੜੇ ਪਹਿਨਣਾ ਕੱਪੜੇ ਪਹਿਨਣ ਜਾਂ ਉਤਾਰਨ ਲਈ ਕੁਰਸੀ ਜਾਂ ਪਲੰਘ ਉੱਪਰ ਬੈਠੋ ਇਹ ਸਤ੍ਹਾ ਤੁਹਾਡੇ ਗੋਡੇ ਤੋਂ 2 ਇੰਚ ਉੱਚੀ ਹੋਣੀ ਚਾਹੀਦੀ ਹੈ ਪਤਲੂਨ ਪਹਿਨਣ ਲਈ ਲੰਮੇ ਦਸਤੇ ਵਾਲੇ ਰੀਚਰ ਦੀ ਵਰਤੋਂ ਕਰੋ ਅਤੇ ਪਹਿਲਾਂ ਆਪਣੀ ਆਪਰੇਸ਼ਨ ਹੋਈ ਲੱਤ ਤੇ ਅਤੇ ਫਿਰ ਆਪਣੀ ਮਜ਼ਬੂਤ ਲੱਤ ਤੇ ਪਤਲੂਨ ਪਹਿਨੋ ਕੁਰਸੀ ਦੇ ਖੁੰਝੇ ਤੇ ਜਾਓ ਆਪਣੀ ਸਰਜਰੀ ਹੋਈ ਲੱਤ ਨੂੰ ਫਸਾਰੋ ਖੜੇ ਹੋ ਜਾਓ ਅਤੇ ਪਤਲੂਨ ਉੱਪਰ ਚੜਾ ਲਵੋ ਕਪੜੇ ਉਤਾਰਨ ਸਮੇਂ ਲੰਮੇ ਦਸਤੇ ਵਾਲੇ ਰੀਚਰਡ ਦੀ ਵਰਤੋਂ ਕਰਕੇ ਪਹਿਲਾਂ ਆਪਣੀ ਮਜ਼ਬੂਤ ਲੱਤ ਤੋਂ ਅਤੇ ਫਿਰ ਆਪਣੀ ਸਰਜਰੀ ਹੋਈ ਲੱਤ ਤੋਂ ਕਪੜੇ ਉਤਾਰੋ। ਚੂਲੇ ਦੀ ਸਰਜਰੀ ਤੋਂ ਬਾਅਦ ਪਹਿਲੇ 3 ਮਹੀਨਿਆਂ ਦੌਰਾਨ ਚੂਲੇ ਸੰਬੰਧੀ ਸਾਵਧਾਨੀਆਂ ਬਰਕਰਾਰ ਰੱਖਣ ਲਈ ਲੰਮੇ ਦਸਤੇ ਵਾਲੇ ਰੀਚਰਡ ਦੀ ਵਰਤੋਂ ਕਰੋ ਤਾਂ ਜੋ ਤੁਹਾਨੂੰ ਸਰੀਰ ਨੂੰ ਮੋੜਨਾ ਜਾਂ ਝੁਕਾਉਣਾ ਨਾ ਪਵੇ। ਗੋਡੇ ਦੀ ਸਰਜਰੀ ਤੋਂ ਬਾਅਦ ਤੁਹਾਨੂੰ ਕਪੜੇ ਪਹਿਨਣ ਵਿੱਚ ਦਿੱਕਤ ਆ ਸਕਦੀ ਹੈ ਅਤੇ ਕਪੜੇ ਪਹਿਨਣ ਲਈ ਇਸ ਸਹਾਇਕ ਸਮਾਨ ਨਾਲ ਤੁਸੀਂ ਜ਼ਿਆਦਾ ਆਜ਼ਾਦੀ ਮਹਿਸੂਸ ਕਰ ਸਕਦੇ ਹੋ।